ਇਹ ਹਜ਼ਰਤ ਮੈਂ ਗੱਲ ਨਾ ਕਰਨ ਦੇ ਮੇਰਾ ਗੁਜ਼ਾਰਾ ਨਹੀਂ ਬਈ। ਹਜ਼ਰਤ ਸਲਮਾਨ ਫਾਰਸੀ ਰਜ਼ੀ ਅੱਲਾਹੁ ਤਾਲਾ ਆਪ ਜਿਸ ਵਕਤ ਵਕਤ ਦੇ ਗਵਰਨਰ ਬਣੇ ਵਕਤ ਦੇ ਗਵਰਨਰ ਤੇ ਘਰ ਮਹਿਮਾਨ ਆ ਗਏ ਤੇ ਮਹਿਮਾਨਾਂ ਆ ਕੇ ਪੁੱਛਿਆ ਜੀ ਗਵਰਨਰ ਸਾਹਿਬ ਕਿੱਥੇ ਗਏ ਨੇ? ਘਰ ਵਾਲੇ ਕਹਿ ਲੈਣਗੇ ਜੀ ਬੱਕਰੀਆਂ ਚਾਰਨ ਗਏ ਨੇ, ਜੀ ਬੱਕਰੀਆਂ ਚਾਰਨ ਗਏ ਨੇ। ਨੌਜਵਾਨੋ ਬੱਕਰੀਆਂ ਕਿੱਥੇ? ਜੰਗਲਾਂ ਚ। ਤੇ ਸਾਡੇ ਗਵਰਨਰ ਸਾਹਿਬ ਨੂੰ ਮਿਲਣ ਚਲੇ ਜਾਈਏ ਤੇ ਪਹਿਲੀ ਗੱਲ ਮਿਲਦੇ ਨੇ, ਜੇ ਮਿਲ ਪਵਣ ਤੇ ਇੱਕ ਮਿੰਟ ਲਈ ਖਲੋਣਗੇ ਤੇ ਕਹਿਣਗੇ ਜੀ ਸਾਡੇ ਸੈਕਟਰੀ ਨਾਲ ਗੱਲ ਕਰੋ। ਉਹ ਜੇ ਰੱਬ ਸਾਰਾ ਕੁਝ ਤੈਨੂੰ ਇੱਜ਼ਤਾਂ ਦਿੰਦਾ ਏ ਤੇ ਉਹ ਮੁਸਤਫਾ ਦੇ ਸਦਕੇ ਦਿੰਦਾ ਏ, ਮੁਸਤਫਾ ਦੇ ਸਦਕੇ ਦਿੰਦਾ ਏ। ਉਹ ਮਹਿਮਾਨ ਟੁਰਦੇ ਟੁਰਦੇ ਹਜ਼ਰਤ ਸਲਮਾਨ ਫਾਰਸੀ ਦੇ ਕਰੀਬ ਗਏ। ਹਜ਼ਰਤ ਸਲਮਾਨ ਫਾਰਸੀ ਨੇ ਮਹਿਮਾਨਾਂ ਨੂੰ ਆਪਣੇ ਕਰੀਬ ਬਿਠਾਇਆ, ਪੁੱਛਿਆ ਆਉਣ ਵਾਲੇ ਤੁਹਾਨੂੰ ਭੁੱਖ ਤੇ ਮਣੀ ਲੱਗੀ ਹੋਵੇਗੀ? ਹੱਥ ਜੋੜ ਕੇ ਕਹਿਣ ਲੱਗੇ ਲਾਜਪਾਲਾ ਬੜੀ ਭੁੱਖ ਲੱਗੀ ਹੈ। ਆਪਣੇ ਇੰਜ ਕਰਕੇ ਅਸਮਾਨ ਵੱਲ ਵੇਖਿਆ, ਇੱਕ ਪਰਿੰਦਿਆਂ ਦਾ ਝੁੰਡ ਪਿਆ ਜਾਂਦਾ ਹੈ, ਇੱਕ ਪਰਿੰਦੇ ਨੂੰ ਇਸ਼ਾਰਾ ਕਰਕੇ ਜ਼ਮੀਨ ਤੇ ਬੁਲਾਣੀ ਆਉ। ਇੰਜ ਕਰਕੇ ਜੰਗਲ ਵੱਲ ਵੇਖਿਆ, ਹਿਰਨਿਆਂ ਦਾ ਟੋਲਾ ਪਿਆ ਜਾਂਦਾ ਹੈ, ਇੱਕ ਹਿਰਨ ਨੂੰ ਆਪਣੇ ਕਰੀਬ ਬੁਲਾਣੀ ਆਉ। ਉਹ ਮਹਿਮਾਨ ਬੜੇ ਪਰੇਸ਼ਾਨੀਆਂ ਗਏ, ਉਹਨਾਂ ਨੂੰ ਭੁੱਖ ਤੇ ਭੁੱਲ ਗਈ ਹੈ। ਹੱਥ ਜੋੜ ਕੇ ਕਹਿਣ ਲੱਗੇ ਲਾਜਪਾਲਾ ਜੰਗਲਾਂ ਵਿੱਚ ਬਹਿ ਕੇ ਪਰਿੰਦੇ ਪਿਆ ਬੁਲਾਉਂਦੇ ਹੋ, ਜੰਗਲਾਂ ਵਿੱਚ ਬਹਿ ਕੇ ਜਾਨਵਰ ਵੀ ਪਿਆ ਬੁਲਾਉਂਦੇ ਹੋ, ਦੱਸੋ ਸਾਰੇ ਮਰਤਬੇ ਕਿੱਥੋਂ ਲੈ ਜੇ, ਸਾਰੀਆਂ ਸ਼ਾਨਾਂ ਕਿੱਥੋਂ ਲਈਆਂ ਜੇ? ਹਜ਼ਰਤ ਸਲਮਾਨ ਫਾਰਸੀ ਨੇ ਹੱਥ ਜੋੜ ਲੈ ਕਹਿਣ ਲੱਗੇ ਦੀਵਾਨਿਓ ਇਹ ਸਾਰੇ ਮਰਤਬੇ ਮੈਨੂੰ ਐਵੇਂ ਨਹੀਂ ਮਿਲੇ, ਜਦੋਂ ਦਾ ਮੈਂ ਮੁਹੰਮਦ ਦਾ ਹੋ ਗਿਆ ਵਾ ਇਹ ਸਾਰੀ ਖੁਦਾਈ ਮੇਰੀ ਹੋ ਗਈ। ਸੁਭਾਨ ਅੱਲਾਹ, ਨਾਰਾਏ ਤਕਬੀਰ।